ਕਿਸਾਨ ਯੂਨੀਅਨ ਵੱਲੋਂ ਇਨਸਾਫ਼ ਲਈ ਥਾਣਾ ਬਦਨੀ ਕਲਾਂ ਮੂਹਰੇ ਲਗਾਤਾਰ ਧਰਨਾ ਲਗਾ ਕੇ ਕੀਤੀ ਨਾਅਰੇਬਾਜ਼ੀ। ਬਾਬੇ ਦੇ ਸੇਵਾਦਾਰ ਕੱਚੀ ਕਣਕ ਵੱਢ ਕੇ ਲੱਗੇ ਸੀ ਕਰਨ ਕਬਜ਼ਾ, ਪਰ ਕਿਸਾਨ ਜਥੇਬੰਦੀ ਨੇ ਕਿਸਾਨ ਦੇ ਹੱਕ ਵਿੱਚ ਘੇਰ ਲਿਆ ਥਾਣਾ। ਕਿਸਾਨ ਯੂਨੀਅਨ ਵੱਲੋਂ ਇਨਸਾਫ਼ ਲਈ ਥਾਣਾ ਬਦਨੀ ਕਲਾਂ ਮੂਹਰੇ ਲਗਾਤਾਰ ਧਰਨਾ ਲਗਾ ਕੇ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਮਾਮਲਾ ਕੱਚੀ ਕਣਕ ਵੱਢਣ ਦੇ ਮਾਮਲੇ ਵਿੱਚ ਨਾਮਜ਼ਦ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕਰਨ ਦਾ ਹੈ। ਪ੍ਰਸ਼ਾਸਨ, ਲੀਡਰ, ਗੁੰਡੇ ਅਤੇ ਸਾਧਾਂ ਦਾ ਗੱਠਜੋੜ ਤੋੜਨ ਦੇ ਲਈ ਸਾਰਾ ਪੰਜਾਬ ਝੋਕ ਦਿਆਂਗੇ, ਪਰ ਇਨਸਾਫ਼ ਲੈ ਕੇ ਹਟਾਂਗੇ। ਮੋਗਾ ਜ਼ਿਲ੍ਹਾ ਦੇ ਕਸਬਾ ਬਦਨੀ ਕਲਾਂ ਦੇ ਇੱਕ ਧਾਰਮਿਕ ਡੇਰੇ ਵੱਲੋਂ ਬੀਤੀ 14 ਅਪ੍ਰੈਲ ਨੂੰ ਅੱਧੀ ਰਾਤ ਨੂੰ ਕਿਸਾਨ ਜਗਜੀਤ ਸਿੰਘ ਦੀ ਜ਼ਮੀਨ 'ਤੇ ਕਬਜ਼ਾ ਕਰਨ ਦੀ ਨੀਅਤ ਨਾਲ ਉਸਦੇ ਖੇਤ ਵਿੱਚ ਖੜ੍ਹੀ ਕੱਚੀ ਕਣਕ ਰਾਤ ਦੇ ਹਨੇਰੇ ਵਿੱਚ ਚੋਰੀ ਵੱਢਣ ਦੇ ਮਾਮਲੇ ਵਿੱਚ ਨਾਮਜ਼ਦ ਕਥਿਤ ਦੋਸ਼ੀਆਂ ਖਿਲਾਫ਼ ਦਰਜ ਹੋਏ ਮੁਕੱਦਮੇ ਦੇ ਬਾਵਜੂਦ ਵੀ ਗ੍ਰਿਫ਼ਤਾਰ ਨਾ ਕਰਨ ਦੇ ਰੋਸ ਵਜੋਂ ਸ਼ੁਰੂ ਹੋਏ ਸੰਘਰਸ਼ ਨੂੰ ਹੋਰ ਤੇਜ਼ ਕਰਦੇ ਹੋਏ ਥਾਣਾ ਬਦਨੀ ਕਲਾਂ ਮੂਹਰੇ ਮੋਗਾ ਬਰਨਾਲਾ ਮੁੱਖ ਮਾਰਗ 'ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਹੋਰ ਸੰਘਰਸ਼ਸ਼ੀਲ ਜਥੇਬੰਦੀਆਂ ਵੱਲੋਂ ਲਗਾਤਾਰ ਦਿੱਤੇ ਜਾਣ ਵਾਲੇ ਧਰਨੇ ਦੀ ਸ਼ੁਰੂਆਤ ਅੱਜ ਕਰ ਦਿੱਤੀ ਗਈ ਸੀ। ਇਸ ਮੌਕੇ 'ਤੇ ਸੰਬੋਧਨ ਕਰਦਿਆਂ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਨੇ ਕਿਹਾ ਕਿ ਬਦਨੀ ਕਲਾਂ ਦੇ ਧਾਰਮਿਕ ਡੇਰੇ ਦੇ ਮੁਖੀ ਦੇ ਲੜਕੇ ਗੁਰਬਖਸ਼ ਸਿੰਘ ਦੀ ਸ਼ਹਿ 'ਤੇ ਤਜਿੰਦਰ ਸਿੰਘ ਅਤੇ ਗੁਰਭਗਤ ਸਿੰਘ ਨੇ 150 ਦੇ ਲਗਭਗ ਬੰਦਿਆਂ ਨੂੰ ਨਾਲ ਲੈ ਕੇ ਕਿਸਾਨ ਜਗਜੀਤ ਸਿੰਘ ਵੱਲੋਂ ਬੀਜੀ ਅਤੇ ਪਾਲੀ ਕਣਕ ਕੱਚੀ ਹੀ ਵੱਢ ਲਈ ਸੀ। ਪੁਲਿਸ ਨੇ ਉਕਤ ਨਾਮਜ਼ਦ ਦੋਸ਼ੀਆਂ ਖਿਲਾਫ਼ ਮੁਕੱਦਮਾ ਨੰਬਰ 40 ਮਿਤੀ 15 ਅਪ੍ਰੈਲ 2019 ਨੂੰ ਦਰਜ ਕੀਤਾ ਸੀ। ਸਿਵਲ ਅਤੇ ਪੁਲਿਸ ਪ੍ਰਸ਼ਾਸਨ ਨੂੰ ਵਾਰ ਵਾਰ ਮਿਲਣ ਦੇ ਬਾਵਜੂਦ ਵੀ ਅੱਜ ਤੱਕ ਨਾਮਜ਼ਦ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਉਕਤ ਬੁਲਾਰਿਆਂ ਨੇ ਪ੍ਰਸ਼ਾਸਨ ਅਤੇ ਦੋਸ਼ੀਆਂ ਦੀ ਮਦਦ ਕਰਨ ਦਾ ਵੀ ਦੋਸ਼ ਲਗਾਇਆ ਹੈ। ਅੱਜ ਧਰਨਾ ਅਸੀਂ ਪੀੜਤ ਕਿਸਾਨ ਜਗਜੀਤ ਸਿੰਘ ਨੂੰ ਉਹਦਾ ਜਿਹੜਾ ਫਸਲ 4 ਕਿੱਲੇ ਬੀਜੀ ਹੋਈ ਕਣਕ ਆ ਜਿਹੜੀ 2 ਕਿੱਲੇ ਤਾਂ ਸਾਧ ਦਾ ਮੁੰਡਾ ਗੁਰਬਖਸ਼ਾ ਉਹਨੇ ਆਪਦੇ ਜਾਣੀ ਜਿਹੜੇ ਡੇਰੇ ਦੇ ਪੈਰੋਕਾਰ ਆ 150 ਬੰਦਾ ਨਾਲ ਲੈ ਕੇ ਦਾਤੀਆਂ ਦੇ ਨਾਲ ਉਹ 14 ਅਪ੍ਰੈਲ ਨੂੰ ਡੁੰਗ ਲਿਆ ਸੀਗਾ ਤਾਂ 15 ਤਰੀਕ ਨੂੰ ਉਹਦੇ 'ਤੇ 22 ਨੇਮ ਪਰਚਾ ਦਰਜ ਹੋਇਆ। ਤਜਿੰਦਰ ਆ ਉਹਦਾ ਪਿਤਾ ਗੁਰਭਗਤ ਆ, ਹੋਰ 150 ਅਣਪਛਾਤਾ ਬੰਦਾ ਸੀਗਾ ਉਹਦੇ 'ਚ, ਪਰ ਪੁਲਿਸ ਪ੍ਰਸ਼ਾਸਨ ਨੇ ਅੱਜ ਤੱਕ ਉਹਦੇ 'ਚੋਂ ਇੱਕ ਵੀ ਬੰਦਾ ਅਰੈਸਟ ਨਹੀਂ ਕੀਤਾ। ਅੱਜ ਪਤਾ ਲੱਗਿਆ ਸਾਨੂੰ ਮਿਲਣ 'ਤੇ ਵੀ 2 ਬੰਦੇ ਅਸੀਂ ਅਰੈਸਟ ਕਰੇ ਸੀਗੇ ਜੀ, ਉਹਨਾਂ ਦੀ ਜ਼ਮਾਨਤ ਹੋ ਗਈ ਆ, ਪਰ ਸਾਨੂੰ ਇਨਫੋਰਮੇਸ਼ਨ ਨਹੀਂ ਸੀ ਇਸ ਚੀਜ਼ ਦੀ ਜਿਵੇਂ ਅੱਜ ਤੱਕ ਕਿਹਨਾਂ ਨੇ ਕੋਈ ਬੰਦਾ ਫੜਿਆ। ਅੱਜ ਕਾਗਜ਼ੀ ਕਾਰਵਾਈ 'ਚ ਹੋ ਸਕਦਾ ਵੀ 2 ਬੰਦੇ ਇਹਨਾਂ ਨੇ ਉਹ 'ਚ ਗ੍ਰਿਫਤਾਰ ਕੀਤੇ ਸੀਗੇ। ਫਿਰ ਜਾਣੀ ਕਿ ਜਦੋਂ ਦੇ ਅਸੀਂ ਵਾਰ ਵਾਰ SSP DC ਨੂੰ ਮਿਲਦੇ ਰਹਿੰਦੇ ਹਾਂ, ਸਾਨੂੰ ਫੋਕੇ ਵਿਸ਼ਵਾਸ ਦਵਾਏ ਜਾਂਦੇ ਆ ਕਿ ਹਾਂ ਜੀ ਪ੍ਰਸ਼ਾਸਨ ਕਾਰਵਾਈ ਕਰ ਰਿਹਾ, ਪ੍ਰਸ਼ਾਸਨ ਕਾਰਵਾਈ ਕਰ ਰਿਹਾ। ਸਾਡਾ ਮੁਸ਼ਤਰਕਾ ਖਾਤਾ 30 ਕਿੱਲੇ ਜ਼ਮੀਨ ਆ, ਜਿਹਦੇ 'ਚੋਂ 13 ਕਰਾਣਾ ਜ਼ਮੀਨ ਸਾਡੇ ਤਾਏ ਦੇ ਲੜਕੇ ਨੇ ਸਾਨੂੰ ਬੈ ਕੀਤੀ ਆ 25/1/18 ਨੂੰ, ਔਰ ਇਹ ਸਾਧ ਨੇ ਉਹ ਜ਼ਮੀਨ ਦੇ ਵਿੱਚੋਂ 13 ਕਰਾਣਾ ਜ਼ਮੀਨ ਹਿੱਸੇ 'ਚੋਂ ਬਾਅਦ ਦੇ ਵਿੱਚ 11ਵੇਂ ਮਹੀਨੇ ਦੇ ਵਿੱਚ ਆ ਕੇ 18 'ਚ ਉਹ ਮੇਰੇ ਤਾਏ ਦੇ ਲੜਕੇ ਤੋਂ ਰਜਿਸਟਰੀ ਕਰਵਾਈ ਆ। ਇਹ ਕਬਜ਼ਾ ਲਾਲਚ ਦੇ ਵਿੱਚ ਇੱਥੇ ਹੀ ਕਰਨਾ ਚਾਹੁੰਦਾ ਜਿਹੜੀ ਉਹਦੇ ਠਾਠ ਦੇ ਨਾਲ ਲੱਗਦੀ ਆ, ਜਿਹੜਾ ਕਿ 2 ਟੱਕਾਂ 'ਚ ਜ਼ਮੀਨ ਆ। ਉਸ ਜ਼ਮੀਨ ਨੂੰ ਕਿਉਂ ਇੱਥੇ ਆਉਣਾ ਚਾਹੁੰਦਾ ਇਹ? ਕਿਉਂਕਿ ਇਹਦੇ ਨਾਲ ਲੱਗਦੀ ਆ, ਔਰ ਇਹਦਾ ਇਹੀ ਪਲੈਨਿੰਗ ਆ ਵੀ ਮੈਂ ਇਹ ਸਾਰੇ ਹੜੱਪ ਕੇ ਅਤੇ ਇੱਥੇ ਆਪਦਾ ਕੋਈ ਕੀਮਤੀ ਜ਼ਮੀਨ 'ਤੇ ਕਬਜ਼ਾ ਕਰਾਂ ਇਹ। ਕੋਈ ਅੱਜ ਤੱਕ ਤੁਹਾਡੀ ਪ੍ਰਸ਼ਾਸਨ ਨੇ ਸੁਣੀ ਗੱਲ ਕੋਈ ਸਰਕਾਰ ਨੇ? ਪ੍ਰਸ਼ਾਸਨ ਤਾਂ ਜੀ ਇਹ ਜਿਹੜਾ ਸਾਰਾ ਹੀ ਬਾਬੇ ਦਾ ਬਣਿਆ ਪਿਆ ਹੱਥੋਂ। ਇਹ ਬਾਬੇ ਦਾ ਕੀ ਨਾਂ ਕੀ ਹੈ ਜੀ? ਬਾਬੇ ਦਾ ਨਾਂ ਸੰਤ ਜੋਰਾ ਸਿੰਘ ਕਹਿੰਦੇ ਆ, ਉਹ ਤਾਂ ਜੋਰਾ ਠੱਗ ਆ। ਅੱਜ ਦਾ ਧਰਨਾ ਬਦਨੀ ਕਲਾਂ ਥਾਣੇ ਮੂਹਰੇ ਇਸ ਕਰਕੇ ਲਾਉਣਾ ਪਿਆ ਕਿ ਜਿਹੜੀ 14 ਅਪ੍ਰੈਲ ਦੀ ਰਾਤ ਦੀ ਕੱਚੀ ਕਣਕ ਇੱਥੋਂ ਦਾ ਜਿਹੜਾ ਠਾਠ ਵਾਲਾ ਬਾਬਾ ਵੱਜਦਾ ਉਹਦੇ ਮੁੰਡੇ ਗੁਰਬਖਸ਼ੇ ਨੇ 100-125 ਨਾਲ ਚੇਲੇ ਲੈ ਕੇ ਇੱਕ ਗੁੰਡਾ ਜ਼ਮੀਨਾਂ 'ਤੇ ਕਬਜ਼ੇ ਕਰਨ ਵਾਲਾ ਤਜਿੰਦਰ ਅਤੇ ਉਹਦਾ ਬਾਪ ਗੁਰਭਗਤ ਸਿੰਘ ਉਹਨਾਂ ਰਾਹੀਂ
ਜਗਜੀਤ ਸਿੰਘ ਕਿਸਾਨ ਹੈ ਬੱਦਣੀ ਦਾ, ਉਹਦੀ ਜ਼ਮੀਨ 'ਤੇ ਕਬਜ਼ਾ ਕਰਨ ਲਈ ਕੱਚੀ ਕਣਕ ਵੱਢਣੀ ਸ਼ੁਰੂ ਕਰਤੀ ਰਾਤ ਨੂੰ 10-11 ਵਜੇ। ਕਿਸਾਨ ਨੂੰ ਕੁਦਰਤੀ ਭਿਣਕ ਪੈ ਗਈ, ਉਹਨੇ ਥਾਣੇ ਵਾਲਿਆਂ ਨੂੰ ਵੀ ਕਿਹਾ ਅਤੇ ਬੰਦੇ ਵੀ ਇਕੱਠੇ ਕਰਕੇ ਲੈ ਗਿਆ। ਫਿਰ ਉਹ ਚੋਰਾਂ ਵਾਂਗੂ ਭੱਜ ਕੇ ਉਸ ਠਾਠ ਦੇ ਵਿੱਚ ਵੜ ਗਏ, ਕਿਉਂਕਿ ਜ਼ਮੀਨ ਠਾਠ ਦੇ ਬਿਲਕੁਲ ਨਾਲ ਲੱਗਦੀ ਹੈ। ਪਰਚਾ ਤਾਂ 15 ਅਪ੍ਰੈਲ ਦਾ ਦਰਜ ਕਰਨਾ ਪੈ ਗਿਆ ਥਾਣੇ ਨੂੰ, ਪਰ ਉਹਨਾਂ ਦੋਸ਼ੀਆਂ ਨੂੰ ਜਿਨ੍ਹਾਂ ਦੇ ਬਕਾਇਦਾ ਨਾਂ ਲਿਖਾਏ ਆ ਪਰਚੇ ਵਿੱਚ ਜਗਜੀਤ ਸਿੰਘ ਨੇ, ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ। ਇਹਦੇ ਸੰਬੰਧੀ ਮੈਂ ਦੱਸਣਾ ਚਾਹੁੰਦਾ, ਥਾਣਾ ਬੱਦਣੀ ਕਲਾਂ ਵਿਖੇ 15/4/19 ਨੂੰ ਮੁਕੱਦਮਾ ਨੰਬਰ 40 ਅਧੀਨ ਧਾਰਾ 447, 511, 427, 379 ਵਗੈਰਾ ਧਾਰਾਵਾਂ ਅਧੀਨ ਇੱਕ ਮੁਕੱਦਮਾ ਦਰਜ ਕੀਤਾ ਗਿਆ ਸੀ, ਜਿਹਦੇ ਵਿੱਚੋਂ ਅਸੀਂ 2 ਦੋਸ਼ੀਆਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਚੁੱਕਾ। ਅਤੇ ਭਾਰਤੀ ਕਿਸਾਨ ਯੂਨੀਅਨ ਇਹ ਮੰਗ ਕਰ ਰਹੀ ਆ ਵੀ ਜਿਹੜੇ ਬਾਕੀ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ। ਇਹਦੇ ਵਿੱਚ ਦੱਸਣ ਯੋਗ ਗੱਲ ਇਹ ਆ ਵੀ ਇਸ ਮੁਕੱਦਮਾ ਦੀ ਪੜਤਾਲ ਸਾਡੇ ਫਰੀਦਕੋਟ ਜ਼ਿਲ੍ਹੇ, ਜ਼ਿਲ੍ਹਾ ਫਰੀਦਕੋਟ ਦੇ ਵਿੱਚ ਮਾਨਯੋਗ SP ਹੈੱਡਕੁਆਟਰ ਸਾਹਿਬ ਕਰ ਰਿਹਾ। ਜਦੋਂ ਉਹਨਾਂ ਦੀ ਪੜਤਾਲ ਰਿਪੋਰਟ ਸਾਡੇ ਪਾਸ ਆ ਜਾਂਦੀ ਹੈ ਅਤੇ ਜੋ ਵੀ ਬਣਦੀ ਹੋਈ ਕਾਰਵਾਈ ਅਸੀਂ ਤੁਰੰਤ ਲਿਆਉਣ ਕਰਨ ਦੇ ਲਈ ਪਵਾਂਗੇ।